ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਆਏ ਹਾਂ ਜੀ ਉਸ ਸਥਾਨ ਉੱਪਰ ਜਿਸ ਸਥਾਨ 'ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਗੁਜ਼ਾਰੀ ਸੀ ਜੀ। ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਇਹ ਸਥਾਨ ਉਸ ਸਮੇਂ ਕੁੰਭੇ ਮਾਸ਼ਕੀ ਦੀ ਛੰਨ ਹੁੰਦੀ ਸੀ ਜੀ ਇਸ ਸਥਾਨ 'ਤੇ, ਅੱਜ ਬਹੁਤ ਵਧੀਆ ਅਤੇ ਵੱਡਾ ਸਥਾਨ ਬਣਿਆ ਹੋਇਆ ਜੀ। ਆਓ ਇਸ ਸਥਾਨ ਦੇ ਦਰਸ਼ਨ ਕਰੀਏ ਜੀ ਅਤੇ ਇਤਿਹਾਸ ਬਾਰੇ ਜਾਣੀਏ ਜੀ। ਆਓ ਚੱਲੀਏ ਜੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਜਿਸ ਦਾ ਸਕਰੀਨਸ਼ੋਟ ਲੈ ਕੇ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਜੀ। ਪੋਹ ਦੀਆਂ 6 ਰਾਤਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ 'ਤੇ ਬਹੁਤ ਹੀ ਭਾਰੀ ਸਨ ਜੀ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਪਰਿਵਾਰ ਵਿਛੋੜਾ ਸਾਹਿਬ ਤੋਂ ਵਿਛੜ ਕੇ 7 ਪੋਹ ਨੂੰ ਇਸ ਸਥਾਨ ਉੱਤੇ ਪੁੱਜੇ ਸਨ ਜੀ। 8 ਪੋਹ ਨੂੰ ਉਹ ਪਿੰਡ ਕਾਈਨੌਰ ਵਿਖੇ ਗਏ। 9 ਪੋਹ ਨੂੰ ਉਹ ਗੰਗੂ ਦੇ ਪਿੰਡ ਖੇੜੀ, ਜਿਸ ਨੂੰ ਅੱਜ ਕੱਲ੍ਹ ਸਹੇੜੀ ਕਿਹਾ ਜਾਂਦਾ ਹੈ, ਉੱਥੇ ਗਏ। 10 ਪੋਹ ਨੂੰ ਕੋਤਵਾਲੀ ਮੋਰਿੰਡਾ, 11 ਅਤੇ 12 ਪੋਹ ਨੂੰ ਠੰਡੇ ਬੁਰਜ ਵਿੱਚ ਅਤੇ 13 ਪੋਹ ਨੂੰ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਹੋਈ ਸੀ ਜੀ। ਆਪਾਂ ਉਹਨਾਂ ਫਤਿਹਗੜ੍ਹ ਸਾਹਿਬ ਜਾ ਕੇ ਉੱਥੇ ਵੀ ਇਸ ਸਥਾਨ ਦੇ ਉਹਨਾਂ ਸਥਾਨ ਦੇ ਦਰਸ਼ਨ ਕਰਾਂਗੇ ਜੀ। ਆਓ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ ਜੀ। ਇਹ ਯਾਦਗਾਰੀ ਗੇਟ ਬਣਿਆ ਹੋਇਆ ਜੀ, ਛੰਨ ਬਾਬਾ ਕੁੰਭਾ ਮਾਸ਼ਕੀ ਜੀ, ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸਾਸਾ ਕੰਢੇ ਦੇ ਨਾਲ ਚੱਲਦੇ ਚੱਲਦੇ ਇਸ ਸਥਾਨ ਦੇ ਉੱਤੇ ਪਹੁੰਚੇ ਸਨ ਜੀ। ਕੁੰਭੇ ਮਾਸ਼ਕੀ ਦੀ ਛੰਨ ਹੁੰਦੀ ਸੀ ਇਸ ਜਗ੍ਹਾ ਦੇ ਉੱਤੇ। ਉਹ ਦਰਿਆ ਦੇ ਵਿੱਚ ਬੇੜਾ ਚਲਾਉਂਦਾ ਹੁੰਦਾ ਸੀ ਰਾਹਗੀਰਾਂ ਨੂੰ, ਕਿਉਂਕਿ ਉਦੋਂ ਪੁੱਲ ਨਹੀਂ ਹੁੰਦੇ ਸੀਗੇ ਜੀ, ਉਹਨਾਂ ਨੂੰ ਪਾਰ ਕਰਾਉਂਦਾ ਹੁੰਦਾ ਸੀ। ਮਾਤਾ ਗੁਜਰ ਕੌਰ ਜੀ ਇੱਕ ਰਾਤ ਇਸ ਜਗ੍ਹਾ ਦੇ ਉੱਤੇ ਰੁਕੇ ਸਨ ਜੀ। ਮਾਤਾ ਲਕਸ਼ਮੀ ਨਾਂ ਦੀ ਇੱਕ ਬੀਬੀ ਇਸ ਪਿੰਡ ਦੇ ਵਿੱਚ ਰਹਿੰਦੀ ਹੁੰਦੀ ਸੀ ਜੀ, ਜੋ ਕਿ ਬ੍ਰਾਹਮਣ ਜਾਤ ਨਾਲ ਸੰਬੰਧ ਰੱਖਦੀ ਸੀ ਜੀ। ਕੁੰਭੇ ਮਾਸ਼ਕੀ ਨੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਮਾਸ਼ ਇੱਥੇ ਛੰਨ ਦੇ ਵਿੱਚ ਆਰਾਮ ਕਰੋ, ਮੈਂ ਖਾਣੇ ਪਾਣੀ ਦਾ ਪ੍ਰਬੰਧ ਕਰਦਾ ਹਾਂ। ਤਾਂ ਉਹਨੇ ਮਾਤਾ ਲਕਸ਼ਮੀ ਜੀ ਨਾਲ ਗੱਲਬਾਤ ਕੀਤੀ ਜੀ। ਮਾਤਾ ਲਕਸ਼ਮੀ ਜੀ ਨੇ ਜੀ ਉਸ ਰਾਤ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਪ੍ਰਸ਼ਾਦਾ ਛਕਾਇਆ ਸੀ ਜੀ, ਅਤੇ ਦੂਸਰੇ ਦਿਨ ਵੀ ਮਾਤਾ ਲਕਸ਼ਮੀ ਜੀ ਪ੍ਰਸ਼ਾਦਾ ਲੈ ਕੇ ਜੀ ਮਾਤਾ ਗੁਜਰ ਜੀ ਕੋਲ ਉਹਨਾਂ ਕੋਲ ਪਹੁੰਚੇ ਸਨ ਜੀ। ਅੱਜ ਉਹ ਚੱਲਦੇ ਹਾਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਅੱਜ ਦਾ ਹੁਕਮਨਾਮਾ ਸਾਹਿਬ ਜੀ, ਤੁਸੀਂ ਪੜ੍ਹ ਸਕਦੇ ਹੋ ਜੀ। ਇਹ ਕੁਛ ਪੁਰਾਣੀਆਂ ਇਤਿਹਾਸਕ ਤਸਵੀਰਾਂ ਨੇ ਜੀ, ਤਸਵੀਰਾਂ ਦੇ ਜ਼ਰੀਏ ਇਤਿਹਾਸ ਦਰਸਾਇਆ ਹੋਇਆ ਜੀ। ਇਸ ਜਗ੍ਹਾ ਤੋਂ ਨਾ ਫਿਰ ਜਿਹੜਾ ਕੁੰਭਾ ਮਾਸ਼ਕੀ ਸੀ ਜੀ, ਉਹ ਕਿਸੇ ਉੱਚਿਤ ਜਗ੍ਹਾ ਦਾ ਪ੍ਰਬੰਧ ਕਰਨ ਲੱਗ ਗਿਆ ਸੀਗਾ। ਫਿਰ ਉਹ ਮਿਲਿਆ ਸੀ ਗੰਗੂ ਬ੍ਰਾਹਮਣ ਨੂੰ। ਫਿਰ ਗੰਗੂ ਬ੍ਰਾਹਮਣ ਇਸ ਜਗ੍ਹਾ ਤੋਂ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਅੱਗੇ ਆਪਣੇ ਪਿੰਡ ਵੱਲ ਨੂੰ ਚਲਾ ਗਿਆ ਸੀ ਜੀ। ਆਪਾਂ ਉਸ ਜਗ੍ਹਾ 'ਤੇ ਵੀ ਦਰਸ਼ਨ ਕਰਾਂਗੇ ਜੀ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਇਸ ਅਸਥਾਨ ਦੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 'ਤੇ ਜੀ। ਇਹ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਛੰਨ ਬਣਾਈ ਗਈ ਆ ਜਿਵੇਂ ਕੁੰਭੇ ਮਾਸ਼ਕੀ ਦੀ ਉਸ ਵੇਲੇ ਹੁੰਦੀ ਸੀ, ਜਦੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਇਸ ਸਥਾਨ ਦੇ ਉੱਤੇ, ਇਸ ਜਗ੍ਹਾ ਦੇ ਉੱਤੇ ਆਏ ਸੀ ਜੀ। ਜਿਹੜੀ ਇਹ ਛੰਨ ਤੁਸੀਂ ਦੇਖ ਰਹੇ ਹੋ, ਇਹ ਨਾ ਜਦੋਂ ਦਿੱਲੀ ਕਿਸਾਨੀ ਮੋਰਚਾ ਲੱਗਿਆ ਆ ਉਦੋਂ ਇਹ ਛੰਨ ਟਰਾਲੀ ਦੇ ਉੱਤੇ ਪਾਈ ਹੋਈ ਸੀ। ਜਿਹੜੇ ਸਿੰਘ ਸੀ ਜਾਂ ਜਿਹੜੀ ਸੰਗਤ ਸੀ ਉਦੋਂ ਦਿੱਲੀ ਮੋਰਚੇ ਦੇ ਵਿੱਚ ਸੀ, ਤਾਂ ਇਹਦੇ ਵਿੱਚ ਰਹੀ ਸੀ ਜੀ, ਰਹਿਣ ਬਸੇਰਾ ਕੀਤਾ ਹੋਇਆ ਸੀ ਜੀ। ਤੁਸੀਂ ਪੜ੍ਹ ਸਕਦੇ ਹੋ
ਇਹੋ ਸ਼ਾਨ ਆ ਜੀ। ਜਾਣੀ ਇਸ ਨੂੰ ਦੇਖ ਕੇ ਇੱਕ ਤਾਂ ਕਿਸਾਨੀ ਮੋਰਚਾ ਨਹੀਂ ਭੁੱਲਦਾ ਜਿਹੜਾ ਕਿਸਾਨਾਂ ਨੇ ਜਿੱਤਿਆ ਸੀ, ਅਤੇ ਇੱਕ ਉਹ ਕੁੰਬੇ ਮਾਸ਼ਕੀ ਦੀ ਜਿਹੜੀ ਸ਼ਾਨ ਸੀ ਉਹ ਚੇਤੇ ਆਉਂਦੀ ਆ ਜੀ, ਜਿਹਦੇ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੀ ਇੱਕ ਰਾਤ ਰੁਕੇ ਸੀ ਜੀ, ਆਰਾਮ ਕੀਤਾ ਸੀਗਾ ਜੀ। ਜਿਹੜੀ ਤੁਸੀਂ ਇਹ ਛੰਨ ਦੇਖ ਰਹੇ ਹੋ ਹੁਣ, ਇਹਦੇ 'ਤੇ ਖੁਬਾਰ ਲਿਖਿਆ ਸਿਮਰਨ ਕਰੋ ਜੀ, ਅੰਦਰ ਬੈਠ ਕੇ ਵਾਹਿਗੁਰੂ ਦਾ ਸਿਮਰਨ ਜਾਪ ਕਰ ਸਕਦੇ ਹੋ ਤੁਸੀਂ ਜੀ। ਉਸ ਪਲ ਨੂੰ ਯਾਦ ਕਰ ਸਕਦੇ ਹੋ ਜਿਸ ਪਲ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੀ ਇੱਕ ਰਾਤ ਇਸ ਜਗ੍ਹਾ ਦੇ ਉੱਤੇ ਰੁਕੇ ਸੀ ਜੀ। ਜਿਹੜਾ ਗੰਗੂ ਬ੍ਰਾਹਮਣ ਸੀ ਜਿਹਨੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਮੁਖਬਰੀ ਕੀਤੀ ਸੀ, ਉਹ ਇਸ ਸਥਾਨ ਤੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਅੱਗੇ ਗਿਆ ਸੀ ਜੀ। ਆਪਾਂ ਤੁਹਾਨੂੰ ਉਸ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜੀ, ਜਿਸ ਜਗ੍ਹਾ ਦੇ ਉੱਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਸਨੇ ਬਿਠਾਇਆ ਸੀ, ਉਸ ਜਗ੍ਹਾ ਤੋਂ ਉਹਦਾ ਪਿੰਡ ਤਕਰੀਬਨ 3 ਕਿਲੋਮੀਟਰ ਦੂਰ ਸੀ ਜੀ। ਪਰ ਉਸ ਬੰਦੇ ਦੇ ਮਨ ਦੇ ਵਿੱਚ ਬੇਈਮਾਨੀ ਆਈ ਹੋਈ ਸੀ, ਲਾਲਚ ਆਇਆ ਸੀ ਉਹ ਬੰਦੇ ਦੇ ਮਨ ਦੇ ਵਿੱਚ, ਇਸ ਲਈ ਉਹ ਸਿੱਧਾ ਆਪਣੇ ਘਰ ਨਹੀਂ ਲੈ ਕੇ ਗਿਆ। ਰਸਤੇ ਦੇ ਵਿੱਚ ਹੀ ਇਹਨਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਛੱਡ ਕੇ ਜੀ ਅੱਗੇ ਚਲੇ ਗਿਆ ਸੀ ਜੀ। ਉਹ ਫਿਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਜੀ ਇੱਕ ਰਾਤ ਜਿਸ ਸਥਾਨ 'ਤੇ ਗੁਜ਼ਾਰੀ ਸੀ ਜੀ, ਆਪਾਂ ਤੁਹਾਨੂੰ ਉਸ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜੀ। ਬਣੇ ਰਹੋ ਸਾਡੇ ਨਾਲ ਜੀ ਇਸ ਪੂਰੀ ਸੀਰੀਜ਼ ਦੇ ਵਿੱਚ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਣਿਆ ਹੋਇਆ ਜੀ ਮਾਤਾ ਲਕਸ਼ਮੀ ਜੀ ਲੰਗਰ ਹਾਲ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਇਹ ਬਾਬਾ ਜੀ ਸਾਨੂੰ ਇਸ ਸਥਾਨ ਦੇ ਉੱਤੇ ਮਿਲੇ ਨੇ ਜੀ, ਅਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕਿੱਥੇ ਦਾ ਜਨਮ ਆ ਤੁਹਾਡਾ ਜੀ? ਜਨਮ ਪਾਕਿਸਤਾਨ, ਪਾਕਿਸਤਾਨ ਦਾ ਜਿਹੜਾ ਲੈਲਪੁਰ ਤਹਿਸੀਲ ਜਿਹੜਾ ਵਾਲਾ ਚੱਕ ਨੰਬਰ 21 ਦਾ ਜਨਮ ਆ, 135 ਦਾ ਜਨਮ ਆ। ਬਾਬਾ ਜੀ ਦਾ 1935 ਦਾ ਜਨਮ ਆ ਜੀ, 1935 ਦਾ। ਅਜੇ ਮੈਂ ਹੁਣ ਤੱਕ ਸਾਈਕਲ 'ਤੇ ਕੰਮ ਕਰਕੇ ਰੋਟੀ ਖਾਂਦਾ, ਲੱਕੜ ਦੀ ਠੇਕੇਦਾਰੀ ਕਰਦਾ, ਮੰਗਦਾ ਨਹੀਂ ਦਿੰਦਾ ਕਿਸੇ ਨੂੰ, ਆਪਣੀ ਕਮਾਈ ਗੁਰਦੁਆਰੇ ਨੂੰ ਦਿੰਦਾ, ਅੱਧੀ ਬੱਚਿਆਂ ਨੂੰ ਦਿੰਦਾ। ਬਾਬਾ ਜੀ ਮਿਹਨਤ ਕਰਕੇ ਖਾਂਦੇ ਨੇ ਜੀ, ਅਤੇ ਬਾਬਾ ਜੀ ਦਾ ਸੰਦੇਸ਼ ਇਹੀ ਆ ਵੀ ਆਪਣੀ ਕਿਰਤ ਕਰਕੇ ਖਾਣੀ ਚਾਹੀਦੀ ਆ ਜੀ। ਦਿਨ ਪਹਿਲਾਂ ਮੈਨੂੰ ਮਿਲੀ। ਅੱਛਾ ਜੀ। ਜਦ ਮੈਂ ਉੱਧਰੋਂ ਚੱਲਿਆ ਦਰਿਆ ਤੋਂ, ਉੱਥੋਂ ਰਬਟ ਆਈ ਵੀ ਇੰਨੀ ਸੁੰਦਰ, ਕਿੱਥੋਂ ਰਬਟ ਆਉਂਦੀ ਹੈ, ਪਹਾੜ ਤੋਂ ਫੁੱਲ ਹੜ ਗਿਆ, ਜੰਗਲ ਤਾਂ ਬੈਠਾ ਕਰਾਚੀ ਦੇ ਵਿੱਚ, ਜਦ ਹੜ ਆਇਆ ਜਾਂ ਅੱਧਾ ਜੰਗਲ ਤਾਂ ਜੰਗਲ ਹੋ ਗਿਆ ਤਾਂ, ਜਦ ਇੱਧਰ ਤੋਂ ਡੱਫਿਆ ਬੰਦ ਹੋ ਗਈ, ਭਜਾਇਆ ਮੁੜਾ ਤੱਕ ਮਿਲੇ, ਮੇਰਾ ਮੁੰਡਾ ਗਾਇਲ ਤਾਂ, ਮੈਂ ਕਿਹਾ ਕੋਈ ਇੱਥੇ ਕੋਈ ਫੁੱਲ ਪਹਾੜ ਦੇ ਹੜ ਕੇ ਆਇਆ, ਸਾਨੂੰ ਜੰਗਲ 'ਚ ਲੱਭਣਾ ਨੇ। ਉਸ ਤੋਂ 8 ਦਿਨ ਬਾਅਦ ਦਰਬਾਰ ਸਾਹਿਬ ਆ, ਕਹਿੰਦੇ ਕਹਿੰਦੇ ਇਹੀ ਦਰਬਾਰ ਸਾਹਿਬ ਆ ਜਿੱਥੇ ਕੁੰਭੇ ਮਾਸ਼ਕੀ 'ਚ ਹੋਰ ਨਹੀਂ ਹੋ ਸਕਦਾ, ਇੱਥੋਂ ਲੰਬਤ ਆਈ ਆ। ਬਾਅਦ ਵਿੱਚ ਜਦੋਂ ਨਿਸ਼ਾਨ ਸਾਹਿਬ ਘੱਟ ਹੋ ਗਿਆ 8 ਦਿਨ ਬਾਅਦ। 2004 ਦੇ ਵਿੱਚ ਜੀ ਇਸ ਸਥਾਨ ਦੀ ਖੋਜ ਹੋਈ ਸੀ, ਅਤੇ 2007 ਦੇ ਵਿੱਚ ਜੀ ਇਸ ਸਥਾਨ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ ਜੀ। ਪਹਿਲੀ ਸੰਗਰਾਂਦ ਸੌਣ ਦੀ ਅੱਜ ਵੀ ਖੁਸ਼ੀ ਗੱਲ ਮਨਾਈ ਜਾਂਦੀ ਆ, ਜਿਹੜੀ ਜਦ ਤੋਂ ਸ਼ੁਰੂ ਹੋ ਕੇ ਜਿਹੜੀ ਸੌਣ ਦੀ ਸੰਗਰਾਂਦ ਚੜ੍ਹੀ ਸੀ, ਅੱਜ ਵੀ ਉਹ ਮਨਾਈ ਜਾਂਦੀ ਹੈ, ਵੱਧ ਤੋਂ ਵੱਧ ਸਭਾ ਮੰਗਣਾ ਬਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਸਭ ਨੇ ਮਿਲ ਕੇ ਇਸ ਥਾਂ ਦੇ ਦਰਸ਼ਨ ਕਰ ਲਏ ਨੇ ਜੀ, ਹੁਣ ਆਪਾਂ ਚੱਲਾਂਗੇ ਅਗਲੀ ਵੀਡੀਓ ਦੇ ਵਿੱਚ ਪਿੰਡ ਕਾਈਨੌਰ ਵਿਖੇ ਜੀ, ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਦੂਜੀ ਰਾਤ ਬਿਤਾਈ ਸੀ ਜੀ। ਆਪਾਂ ਉਸ ਥਾਂ ਦੇ ਦਰਸ਼ਨ ਕਰਾਂਗੇ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਦੱਬਣਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।